ਪਤਾ ਨਹੀਂ ਕਿੱਥੇ ਮਰੀਆਂ ਨੇ ਕੁੜੀਓ ਕਿੱਥੇ ਹੋ ਤੁਸੀਂ ਹਾਂਜੀ ਮਮਾ ਕੀ ਕਰੀ ਜਾਂਦੇ ਹੋ ਤੁਸੀਂ ਮਮਾ ਸਾਨੂੰ ਪੁੱਛਣ ਕਰਦੇ ਤੇ ਪੁੱਛ ਸਵੇਰ ਵੇਖੋ ਦਿਨ ਕਿੱਥੇ ਚੜਿਆ ਭਰਾ ਤੁਹਾਡਾ ਸਵੇਰ ਦਾ ਘੁੰਮਣ ਗਿਆ ਉਹਨੇ ਭੱਜੀ ਹੋਣਾ ਵੇਲੀ ਨੂੰ ਤੁਸੀਂ ਕਰਨਾ ਕੀ ਆ ਚਲੋ ਜਾ ਕੇ ਉਹਦੀ ਰੋਟੀ ਬਣਾਓ ਚਲੋ ਤੁਰੋ ਨਾ ਦੁੱਧ ਗਰਮ ਕੀਤਾ ਪੁੱਤ ਦਾ ਨਾ ਰੋਟੀ ਬਣਾਈ ਆ ਕੱਪੜੇ ਪ੍ਰੈਸ ਕੀਤੇ ਉਹਦੇ ਕਿ ਨਹੀਂ ਹਾਂਜੀ ਕਰ ਦਿੰਦੇ ਨੇ ਕੱਪੜੇ ਪ੍ਰੈਸ ਕਰੋ ਇਹਨਾਂ ਨੂੰ ਨਹੀਂ ਕੰਮ ਹੈ ਕਮਲ ਸਿੰਘ ਜੀ ਨਹੀਂ ਆ ਜਾ ਲੰਗਿਆ ਭੈਣ ਤੈਨੂੰ ਵੀ ਕੋਈ ਕੰਮ ਨਹੀਂ ਹੋਰ ਅੱਛਾ ਕਰ ਭੈਣ ਜੀ ਬਸ ਵਧੀਆ ਵਧੀਆ ਹੋਰ ਕਿੱਦਾਂ ਬਸ ਠੀਕ ਆ ਭੈਣੇ ਤੂੰ ਕੱਲ ਨਵਾਂ ਸਿਆਪਾ ਪਾ ਕੇ ਘਰ ਆ ਕੇ ਕੀ ਗੱਲ ਹੋ ਗਈ ਤੂੰ ਕਹਿੰਦੀ ਸੀ ਮੇਰਾ ਮੁੰਡਾ ਮਾਰੇ ਮੁੰਡਿਆਂ ਦਾ ਧੁੰਦਾ ਉਹਦੇ ਭੈਣੇ ਸਵੇਰੇ ਗੱਲ ਸੁਣ ਵਾਕ ਕਰਨ ਜਾਂਦਾ ਜਿਹਨੂੰ ਕਹਿੰਦੇ ਭੱਜਣ ਉਹਨੇ ਹੁਣ ਪੁਲਿਸ ਵਿੱਚ ਭਰਤੀ ਨਾ ਭੈਣ ਜੀ ਬੁਰਾ ਨਾ ਮੰਨੀ ਸੀ ਮੈਂ ਤਾਂ ਮੇਰੇ ਤੋਂ ਗੱਲ ਕਰ ਦੱਸੋ ਜਿਹੜੀ ਮੈਂ ਅੱਜ ਵੇਖ ਕੀ ਵੇਖਿਆ ਮੁੰਡਾ ਨਾ ਪਿੰਡ ਦੇ ਬਾਹਰ ਜਿਹੜੀ ਸ਼ਾਮ ਲੜ ਜਮੀਨ चल कोई ना पुत तू खा पी चल फिर अपने तू चल कर हां जी कौन ਹਾਂਜੀ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀ ਫਿਰ ਸਵੇਰ ਸਵੇਰ ਪੁਲਿਸ ਵਾਲੇ ਕੀ ਕਰ ਰਹੇ ਬਸ ਸੋਚਿਆ ਥੋੜਾ ਜਿਹਾ ਅੰਬਰ ਤੋਂ ਜ਼ਹਿਰਾ ਪੰਡਦਾ ਫਿਰਦਾ ਹੈਗਾ ਤੁਸੀਂ ਚੱਲ ਚੱਲ ਕਰਦੇ ਤੁਹਾਨੂੰ ਪਤਾ ਪਿੰਡ 'ਚ ਕੀ ਚੱਲ ਚਾਹਣ ਰਿਹਾ ਤੁਹਾਡਾ ਬਸ ਦਾ ਪੁੱਤ ਤੈਨੂੰ ਇਹ ਗੱਲ ਕਿਹਨੇ ਕੀਤੀ ਗਾ ਸਾਨੂੰ ਕੋਈ ਦੱਸਦਾ ਨਹੀਂ ਹੁੰਦਾ ਬਾਬਾ ਮੇਰੀ ਗੱਲ ਸੁਣ ਪੁੱਤ ਮੇਰਾ ਮੁੰਡਾ ਤੇ ਆਪ ਛੋਟੇ ਵਾਂਗੂ ਉਹ ਵਰਦੀ ਪਾ ਕੇ ਕੋਈ ਮੈਂ ਤੁਹਾਨੂੰ ਦੱਸ ਕੋਈ ਨਾ ਉਹ ਦੇਖ ਵਰਦੀਆਂ ਪਾਉਂਦਾ ਸਾਨੂੰ ਪਤਾ ਉਹ ਕੀ ਜ਼ਹਿਰਾ ਪੰਡ ਰਿਹਾ ਤੁਸੀਂ ਉਹਨੂੰ ਕੱਢੋ ਇੱਕ ਵਾਰ ਬਾਹਰ ਉਹਨੂੰ ਪੁੱਤ ਕੱਢ ਦੋ ਤੁਹਾਨੂੰ ਪਤਾ ਮੇਰੇ ਪੁੱਤਾਂ ਨੂੰ ਕਿੱਦਾਂ ਵਿਗਾੜ ਰਹੇ ਇੱਥੇ ਪੁੱਤ ਮੈਂ ਹੱਥ ਜੋੜਦੀ ਆ ਗੱਲਾਂ ਨਾ ਨਹੀਂ ਨਹੀਂ ਮੇਰੇ ਸਾਹਮਣੇ ਨਾ ਤੁਸੀਂ ਆਪ ਦੇ ਸਾਹਮਣੇ ਜੋੜੋ ਤੁਸੀਂ ਪੜਾ ਕਰੇ ਨਹੀਂ ਆਇਆ ਨਾ ਨਾ ਕਰੇ ਨਹੀਂ ਆਇਆ ਆ ਮੁੰਡੇ ਇੱਧਰ ਆ ਨਹੀਂ ਨਹੀਂ ਐ ਨਾ ਆ ਜਾ ਆ ਜਾ ਬਾਹਰ ਨਹੀਂ ਜਾ ਆਹ ਦੇਖੋ ਜਦ ਤੂੰ ਥਾਣੇ ਵਾਲਾ ਬਣ ਜਾ ਮਾਤਾ ਨੇ ਕੀ ਬਚਾਉਣਾ ਤੈਨੂੰ ਮਾਤਾ ਉਸ ਸਾਈਡ ਤੇ ਹੋ ਜਾ ਮਾਤਾ ਵਿੱਚ ਚੱਲ ਆ ਮੈਂ ਮੈਨੂੰ ਮਾਫ ਕਰੀ ਕੀ ਕਰਦੀ ਰਹੀ ਆਪਦੀਆਂ ਧੀਆਂ ਨਾਲ।